ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਤੁਹਾਡੇ ਨਾਲ ਜਸਮੀਤ ਜਾਇਦਾਦ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇੰਤਕਾਲ ਦਰਜ ਕਰਵਾਉਣ ਦੇ ਨਾਲ ਉਸ ਵਿਅਕਤੀ ਦਾ ਹੱਕ ਹੈ ਜਿਹੜਾ ਜ਼ਮੀਨ ਤੇ ਨਹੀਂ ਬਣ ਜਾਂਦਾ ਇਸੇ ਲਈ ਇੱਕ ਕਾਨੂੰਨੀ ਪ੍ਰਕਿਰਿਆ ਚੋਂ ਲੰਘਣਾ ਲਾਜ਼ਮੀ ਹੋਏਗਾ ਸੁਪਰੀਮ ਕੋਰਟ ਨੇ ਆਖਿਆ ਕਿ ਇੰਤਕਾਲ ਦਰਜ ਕਰਵਾਉਣ ਦੇ ਨਾਲ ਹੀ ਜ਼ਮੀਨ ਤੇ ਕਿਸੇ ਵਿਅਕਤੀ ਦਾ ਕੋਈ ਹੱਕ ਨਹੀਂ ਹੋ ਜਾਂਦਾ ਸੁਪਰੀਮ ਕੋਰਟ ਨੇ ਵੀ ਆਖਿਆ ਕਿ ਇੰਤਕਾਲ ਤਾਂ ਸਿਰਫ ਮਾਲ ਰਿਕਾਰਡ ਦੇ ਲਈ ਕਰਵਾਇਆ ਜਾਂਦਾ ਜਸਟਿਸ ਐਮ ਆਰ ਸ਼ਾਹ ਅਤੇ ਅਨਿਰੁੱਧ ਬੋਸ ਤੇ ਆਧਾਰਿਤ ਬੈਂਚ ਦੇ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ ਆਖਿਆ ਕਿ ਵਸੀਅਤ ਦੇ ਆਧਾਰ ਤੇ ਅਧਿਕਾਰ ਦਾ ਦਾਵਾ ਵਸੀਅਤ ਕਰਨ ਵਾਲੇ ਦੀ ਮੌਤ ਮਗਰੋਂ ਹੀ ਕੀਤਾ ਜਾਂਦਾ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਇੰਤਕਾਲ ਦਰਜ ਕਰਵਾ ਦਿੱਤਾ ਜਾਂਦਾ ਹੈ ਕਿਸੇ ਵੀ ਪ੍ਰੋਪਰਟੀ ਦਾ ਤਾਂ ਜਿਸ ਵਿਅਕਤੀ ਦੇ ਨਾਮ ਤੇ ਇੰਤਕਾਲ ਕਰਵਾਇਆ ਜਾਂਦਾ ਹੈ ਉਹ ਸਮਝਣ ਲੱਗਦਾ ਹੈ ਕਿ ਹੁਣ ਜਾਇਦਾਦ ਉਸਦੇ ਨਾਮ ਤੇ ਹੈ ਭਾਵ ਇੰਤਕਾਲ ਕਰਵਾਉਣ ਵਾਲੇ ਵਿਅਕਤੀ ਦਾ ਉਸਦੀ ਜਾਇਦਾਦ ਉੱਪਰ ਕੋਈ ਹੱਕ ਨਹੀਂ ਰਹਿੰਦਾ ਪਰ ਸੁਪਰੀਮ ਕੋਰਟ ਨੇ ਸਾਫ਼ ਕੀਤਾ ਹੈ ਕਿ ਜੋ ਵਿਅਕਤੀ ਇੰਤਕਾਲ ਕਰਵਾਉਂਦਾ ਹੈ ਜਦ ਤੱਕ ਉਹ ਜਿਉਂਦਾ ਰਹਿੰਦਾ ਹੈ ਤਦ ਤੱਕ ਮਾਲਕਾਨਾ ਹੱਕ ਉਸੇ ਵਿਅਕਤੀ ਦਾ ਰਹਿੰਦਾ ਹੈ ਜਿਸ ਦੇ ਨਾਮ ਤੇ ਇੰਤਕਾਲ ਦਰਜ ਕਰਵਾਇਆ ਜਾਂਦਾ ਉਸਦਾ ਮਾਲਕਾਨਾ ਹੱਕ ਤਦ ਤੱਕ ਨਹੀਂ ਹੁੰਦਾ ਜਦ ਤੱਕ ਸੰਬੰਧਿਤ ਵਿਅਕਤੀ ਦੀ ਮੌਤ ਨਹੀਂ ਹੋ ਜਾਂਦੀ ਮੌਤ ਤੋਂ ਬਾਅਦ ਹੀ ਮਾਲਕਾਨਾ ਹੱਕ ਹੈ ਜਿਹੜਾ ਜਿਸ ਵਿਅਕਤੀ ਦੇ ਨਾਮ ਤੇ ਨਵਾਂ ਇੰਤਕਾਲ ਦਰਜ ਹੁੰਦਾ ਹੈ ਉਸਦਾ ਬਣਦਾ ਹੈ ਸੁਪਰੀਮ ਕੋਰਟ ਨੇ ਆਖਿਆ ਕਿ ਜੇਕਰ ਜ਼ਮੀਨ ਦੇ ਟਾਈਟਲ ਨਾਲ ਸੰਬੰਧਿਤ ਕੋਈ ਵਿਵਾਦ ਹੈ ਤਾਂ ਜਿਹੜੀ ਤੇ ਟਾਈਟਲ ਦਾ ਦਾਅਵਾ ਕਰਦੀ ਹੈ ਉਸਨੂੰ ਢੁਕਵੀਂ ਅਦਾਲਤ ਕੋਲ ਪਹੁੰਚ ਕਰਨੀ ਪਏਗੀ ਨਾਲ ਹੀ ਵੀ ਆਖਿਆ ਕਿ ਜੋ ਅਰਜ਼ੀ ਦਿੰਦਾ ਹੈ ਉਸਦੇ ਹੱਕਾਂ ਨੂੰ ਸਿਰਫ ਸਮਰਾਟ ਦੀਵਾਨੀ ਅਦਾਲਤ ਦੇ ਰਾਹੀਂ ਹੀ ਹਾਸਲ ਕੀਤਾ ਜਾ ਸਕਦਾ ਹੈ ਤੇ ਅਦਾਲਤ ਦੇ ਫੈਸਲੇ ਦੇ ਆਧਾਰ ਤੇ ਜ਼ਰੂਰੀ ਇੰਤਕਾਲ ਦਰਜ ਕਰਵਾਇਆ ਜਾ ਸਕਦਾ ਹੈ ਅਦਾਲਤ ਨੇ ਆਪਣੇ ਪਿਛਲੇ ਫੈਸਲਿਆਂ ਦਾ ਵੀ ਇਸ ਮੌਕੇ ਜ਼ਿਕਰ ਕੀਤਾ ਤੇ ਨਾਲ ਹੀ ਸਾਫ਼ ਕੀਤਾ ਕਿ ਮਾਲਕਾਨਾ ਹੱਕ ਤਦ ਮਿਲੇਗਾ ਜਦ ਇੰਤਕਾਲ ਚੜਵਾਉਣ ਵਾਲੇ ਵਿਅਕਤੀ ਦੀ ਮੌਤ ਹੋ ਜਾਏਗੀ